हां जी गेटवे टू इंग्लिश चैनल ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਾਂ 12th ਕਲਾਸ ਦਾ ਜੋ ਇੰਗਲਿਸ਼ ਦਾ ਸਿਲੇਬਸ ਹੈ ਟਰਮ 2 ਵਾਸਤੇ ਯਾਨੀ ਕਿ ਫਾਈਨਲ ਟਰਮ ਵਾਸਤੇ ਬੇਟਾ ਜੋ ਤੁਹਾਡੇ ਸਿਲੇਬਸ ਹੈ ਉਸ ਦੇ ਵਿੱਚ ਨਾ ਸੈਂਟਰਲ ਆਈਡੀਆਜ਼ ਦਿੱਤੇ ਹੋਏ ਨੇ ਠੀਕ ਹੈ 3 ਮਾਰਕਸ ਦਾ ਜੋ ਹੈ ਸੈਂਟਰਲ ਆਈਡੀਆ ਆਏਗਾ ਤੁਹਾਡੇ ਇਗਜ਼ਾਮ ਦੇ ਵਿੱਚ ਠੀਕ ਹੈ ਨਾ ਇੰਟਰਨਲ ਚੁਆਇਸ ਹੋਏਗੀ ਸੈਂਟਰਲ ਆਈਡੀਆ ਜਾਨੀ ਕਿ ਦੋ ਪੋਇਮਸ ਦੇ ਸੈਂਟਰਲ ਆਈਡੀਆ ਤੁਹਾਡੇ ਪੇਪਰ ਦੇ ਵਿੱਚ ਆਉਣਗੇ ਤੁਸੀਂ ਕੋਈ ਇੱਕ ਕਰਨਾ ਹੈ ਠੀਕ ਹੈ ਹੁਣ ਐਗਜ਼ਾਮੀਨੇਸ਼ਨ ਪੁਆਇੰਟ ਆਫ 뷰 ਨਾਲ ਤੁਸੀਂ ਜੇਕਰ ਸਟ੍ਰੈਟੇਜੀ ਬਣਾਉਂਦੇ ਹੋ ਤਾਂ ਕਿ ਇਹ ਕਿ ਤੁਹਾਡੇ ਸਿਲੇਬਸ ਦੇ ਵਿੱਚ 3 ਪੁਆਇੰਂਟਸ ਨੇ देयर ਆਰ ਓਨਲੀ 3 ਪੋਇਮਸ ਇਨ ਯੋਰ ਸੈਕੰਡ ਟਰਮ ਸਿਲੇਬਸ ਠੀਕ ਹੈ 3 ਵਿੱਚੋਂ ਕੋਈ ਵੀ 2 ਤਾਂ ਪੇਪਰ ਦੇ ਵਿੱਚ ਆਉਣਗੇ ਹੀ ਆਉਣਗੇ ਠੀਕ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜੇਕਰ ਤੁਸੀਂ 3 ਦੇ ਵਿੱਚੋਂ 2 ਪੋਇਮਸ ਦਾ ਸੈਂਟਰਲ ਆਈਡੀਆ ਵੀ ਆਈਡੀਆਜ਼ ਚੰਗੀ ਤਰ੍ਹਾਂ ਲਰਨ ਕਰ ਲੈਂਦੇ ਹੋ ਤਾਂ ਫੇਰ ਵੀ ਤੁਸੀਂ 3 ਮਾਰਕਸ ਇਨਸ਼ੋਰ ਕਰ ਸਕਦੇ ਹੋ ਠੀਕ ਹੈ ਬੇਟਾ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸੈਂਟਰਲ ਆਈਡੀਆਜ਼ ਤੁਹਾਡੇ इजीली ਤੁਹਾਨੂੰ ਲਰਨ ਹੋ ਜਾਣਗੇ ਤੁਸੀਂ ਆ ਜਿਹੜਾ ਫਾਰਮੈਟ ਮੈਂ ਦਿੱਤਾ ਹੈ ਇਸ ਨੂੰ ਲਰਨ ਕਰ ਲਓ ਚੰਗੀ ਤਰ੍ਹਾਂ ਫਾਰਮੈਟ ਕੀ ਹੈ ਮੈਂ ਦੱਸ ਦਿੰਦਾ ਤੁਹਾਨੂੰ ਦਾ ਪੋਇਮ ਇੱਥੇ ਸਿੰਗਲ ਕੋਮਾਸ ਮੈਂ ਲਗਾਇਆ ਹੋਇਆ ਦੇਖੋ ਇਸ ਦੇ ਵਿਚਾਰ ਕੀ ਆਏਗਾ ਇੱਥੇ ਪੋਇਮ ਦਾ ਨਾਮ ਲਿਖਣਾ ਤੁਸੀਂ ਜਿਹੜੀ ਵੀ ਪੋਇਮ ਦਾ ਸੈਂਟਰਲ ਆਈਡੀਆ ਤੁਸੀਂ ਲਿਖਣਾ ਚਾਹੁੰਦੇ ਹੋ ਉਸ ਪੋਇਮ ਦਾ ਇਸ ਬਲੈਂਕ ਦੇ ਵਿੱਚ ਨੇਮ ਫਿਲ ਕਰ ਲੈਣਾ ਹੈ ਠੀਕ ਹੈ ਇਸ ਕੰਪੋਜ਼ਡ ਬਾਈ ਇਸ ਬਲੈਂਕ ਦੇ ਵਿੱਚ ਤੁਸੀਂ ਫਿਲ ਕਰੋਗੇ ਪੋਇਟ ਦਾ ਨਾਮ ਠੀਕ ਹੈ ਉਸ ਤੋਂ ਬਾਅਦ ਹੈ ਇਟ ਇਜ਼ ਅ ਬਿਊਟੀਫੁਲ ਪੋਇਮ ਇਹ ਲਾਈਨ ਲਰਨ ਕਰ ਲਓ ਇੱਕ ਬਹੁਤ ਖੂਬਸੂਰਤ ਕਵਿਤਾ ਹੈ ਫੁੱਲ ਸਟਾਪ ਹੈ ਇੱਥੇ ਇਟ ਗਿਵਸ ਅ ਵੈਰੀ ਗੁੱਡ ਮੈਸੇਜ ਇਹ ਸਾਨੂੰ ਬਹੁਤ ਵਧੀਆ ਸੰਦੇਸ਼ ਦਿੰਦੀ ਹੈ ਇੱਥੇ ਫੁੱਲ ਸਟਾਪ ਆ ਗਿਆ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਇਜ਼ ਦੈਟ ਕਵਿਤਾ ਦਾ ਕੇਂਦਰੀ ਭਾਵ ਹੈ ਕਿ ਇਸ ਤੋਂ ਬਾਅਦ ਇਹ ਅਲੱਗ-ਅਲੱਗ ਹੋਏਗਾ ਅੱਗੇ ਠੀਕ ਹੈ ਇਹ ਸੈਂਟੈਂਸਿਸ ਕਾਮਨ ਨੇ ਇਟ ਇਜ਼ ਅ ਬਿਊਟੀਫੁਲ ਪੋਇਮ ਇਹ ਲਿਖਣਾ ਹੀ ਲਿਖਣਾ ਤੁਸੀਂ ਸੈਂਟੈਂਸ ਸੈਂਟਰ ਆਈਡੀਆ ਦੇ ਵਿੱਚ ਇਟ ਗਿਵਸ ਅ ਵੈਰੀ ਗੁੱਡ ਮੈਸੇਜ ਇਹ ਸੈਂਟੈਂਸ ਵੀ ਲਿਖਣਾ ਹੀ ਲਿਖਣਾ ਤੁਸੀਂ ਨੇ ਠੀਕ ਹੈ ਆ ਇੰਨਾ ਪਾਰਟ ਵੀ ਲਿਖਣਾ ਹੀ ਲਿਖਣਾ ਇਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਇਜ਼ ਥੈਟ ਥੈਟ ਤੋਂ ਬਾਅਦ ਇਹ ਸੈਂਟੈਂਸ ਜਿਹੜਾ ਅੱਗੇ ਲਿਖਾਂਗੇ ਆਪਾਂ ਇਹ ਪੋਇਮ ਦੇ ਅਕੋਰਡਿੰਗ ਅਲੱਗ-ਅਲੱਗ ਹੈ ਹਰੇਕ ਪੋਇਮ ਦਾ ਅਲੱਗ-ਅਲੱਗ ਸੈਂਟੈਂਸ ਇਸ ਤੋਂ ਬਾਅਦ ਵਾਲਾ ਬਣੇ ਫਿਲ ਕਰ ਲੋਗੇ ਕਲੀਅਰ ਪਹਿਲਾਂ ਇਸ ਨੂੰ ਲਰਨ ਕਰ ਲਿਓ ਹੁਣ ਆਓ ਆਪਾਂ ਸਮਝਦੇ ਹਾਂ ਸੈਂਟਰਲ ਆਈਡੀਆਜ਼ ਵੀਡੀਓ ਨੂੰ ਬੇਟਾ ਸ਼ੇਅਰ ਕਰ ਦਿਓ ਵੱਧ ਤੋਂ ਮਤਲ ਠੀਕ ਹੈ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਸਟੂਡੈਂਟ ਜੋ ਹੈ ਇਸ ਦਾ ਲਾਭ ਲੈ ਸਕੇ ਤੇ ਆਪਣੇ 3 ਨੰਬਰ ਪੱਕੇ ਕਰ ਸਕੇ ਠੀਕ ਹੈ ਬੇਟਾ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਆਓ ਸ਼ੁਰੂ ਕਰਦੇ ਹਾਂ ਦੇਖੋ ਪਹਿਲੀ ਪੋਇਮ ਤੁਹਾਡੇ ਕੋਲ ਹੈਗੀ ਇਹਦਾ ਰਿਟਰਨਿੰਗ ਹੋਮ ਫਾਦਰ ਰਿਟਰਨਿੰਗ ਹੋਮ ਪੋਇਮ ਦਾ ਨਾਮ ਹੈ ਠੀਕ ਹੈ ਸੋ ਇਸ ਦਾ ਸੈਂਟਰਲ ਆਈਡੀਆ ਕਿਵੇਂ ਲਿਖੋਗੇ ਦ ਪੋਇਮ ਦ ਦ ਪੋਇਮ ਫਾਦਰ ਰਿਟਰਨਿੰਗ ਹੋਮ ਦੇਖੋ ਸਿੰਗਲ ਕੋਮਾਸ ਦੇ ਵਿੱਚ ਮੈਂ ਇਸ ਨੂੰ ਇੱਥੇ ਬਲੈਂਕ ਦੇ ਵਿੱਚ ਫਿਲ ਕਰ ਦਿੱਤਾ ਇਸ ਕੰਪੋਜ਼ਡ ਬਾਈ ਦਲੀਪ ਚਿੱਤਰ ਠੀਕ ਹੈ ਇਹ ਪੁਆਇੰਟ ਦਾ ਨਾਮ ਹੈ ਦਲੀਪ ਚਿੱਤਰ ਇਸ ਨੂੰ ਤੁਸੀਂ ਐਵੇਂ ਵੀ ਯਾਦ ਰੱਖ ਸਕਦੇ ਹੋ ਪੁਆਇੰਟ ਦਾ ਨਾਮ ਦੇਖੋ ਕੋਈ ਫਾਦਰ ਫਾਦਰ ਜਦੋਂ ਘਰੇ ਆਇਆ ਵਾਪਿਸ ਆਏ ਘਰ ਤਾਂ ਦਲੀਪ ਨੇ ਉਹਨਾਂ ਦਾ ਚਿੱਤਰ ਲੈ ਲਿਆ ਠੀਕ ਹੈ ਇੱਕ ਟ੍ਰਿਕ ਦੇ ਹਿਸਾਬ ਨਾਲ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਦਲੀਪ ਜੋ ਹੈ ਉਸਦੇ ਬੇਟੇ ਦਾ ਨਾਮ ਹੈ ਠੀਕ ਹੈ ਫਾਦਰ ਕਰ ਜਿਵੇਂ ਹੀ ਫਾਦਰ ਕਰ ਲੋਟੇ ਵਾਪਸ ਆਏ ਤਾਂ ਦਲੀਪ ਨੇ ਉਹਨਾਂ ਦਾ ਚਿੱਤਰ ਲੈ ਲਿਆ ਫੋਟੋ ਖਿੱਚੀ ਉਹਨਾਂ ਦੀ ਚਿੱਤਰ ਲਿਆ ਚਿੱਤਰ ਯਾਦ ਰੱਖੋ ਚਿੱਤਰ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਇਸ ਨੂੰ ਲਰਨ ਵੀ ਕਰ ਸਕਦੇ ਹੋ ਦਿਮਾਗ 'ਚ ਰੱਖ ਸਕਦੇ ਹੋ ਟ੍ਰਿਕ ਦੇ ਮਾਧਮ ਨਾਲ ਠੀਕ ਹੈ ਅੱਗੇ ਦੇਖੋ ਇਟ ਇਜ਼ ਅ ਬਿਊਟੀਫੁਲ ਪੋਇਮ ਸਿੰਪਲ ਸੈਂਟੈਂਸ ਆ ਯਾਦ ਰੱਖੋ ਇਸ ਨੂੰ ਇਹ ਖੂਬਸੂਰਤ ਕਵਿਤਾ ਹੈ ਇਟ ਗਿਵਸ ਅ ਵੈਰੀ ਗੁੱਡ ਮੈਸੇਜ ਠੀਕ ਹੈ ਸਾਨੂੰ ਬਹੁਤ ਵਧੀਆ ਸੰਦੇਸ਼ ਦਿੰਦੀ ਹੈ ਠੀਕ ਹੈ ਇਹ ਦ ਠੀਕ ਹੈ ਐਨੀ ਚੀਜ਼ ਆ ਦੇਖੋ ਫਾਰਮੈਟ ਆਪਾਂ ਲਿਖ ਰਹੇ ਆ ਫਾਰਮੈਟ ਦੇ ਵਿੱਚ ਸੀਗਾ ਇਸ ਕੰਪੋਜ਼ਡ ਬਾਈ ਤੱਕ ਅੱਗੇ ਪੋਅਟ ਦਾ ਨਾਮ ਇੱਥੇ ਫਿਲ ਕਰ ਦਿੱਤਾ ਠੀਕ ਹੈ ਦ ਸੈਂਟਰਲ ਆਈਡੀਆ ਆਫ ਦਾ ਪੋਇਮ ਇਜ਼ ਥੈਟ ਇੱਥੋਂ ਤੱਕ ਦੇਖੋ ਇਹ ਉਸੇ ਫਾਰਮੈਟ ਚੋਂ ਆਪਾਂ ਨੇ ਚੱਕ ਲਿਆ ਸਾਰਾ ਠੀਕ ਹੈ ਆ ਜਿਹੜਾ ਮੈਂ ਹਾਈਲਾਈਟ ਕੀਤਾ ਹੋਇਆ ਨਾ ਇੱਥੋਂ ਇਹ ਵਾਲਾ ਇਹ ਵਾਲਾ ਇਹ ਕੋਮਾ ਨਹੀਂ ਲਿਖਣਾ ਹੈ ਲਿਖਣਾ ਹੈ ਵਿੱਚ ਤੁਸੀਂ ਪੋਇਮ ਦਾ ਨਾਮ ਤੇ ਪੋਅਟ ਦਾ ਨਾਮ ਆਪਾਂ ਨੇ ਫਿਲ ਕਰ ਦਿੱਤਾ ਠੀਕ ਹੈ ਦੇਖੋ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਇਜ਼ ਦੈਟ ਕਵਤਾ ਦਾ ਕੇਂਦਰੀ ਭਾਵ ਹੈ ਕਿ ਮਾਡਰਨ ਮੈਨ ਇਜ਼ ਅ ਵੈਰੀ ਬਿਜ਼ੀ ਮਾਡਰਨ ਮੈਨ ਇਜ਼ ਵੈਰੀ ਬਿਜ਼ੀ ਜੋ ਆਧੁਨਿਕ ਮਨੁੱਖ ਹੈ ਉਹ ਬਹੁਤ ਵਿਅਸਤ ਹੈ ਹੀ ਹੈਜ਼ ਨੋ ਟਾਈਮ ਇਵਨ ਫੋਰ ਹਿਜ਼ ਪੇਰੈਂਟਸ ਉਸ ਕੋਲ ਇੱਥੋਂ ਤੱਕ ਕਿ ਆਪਣੇ ਪੇਰੈਂਟਸ ਵਾਸਤੇ ਮਾਪਿਆਂ ਵਾਸਤੇ ਵੀ ਟਾਈਮ ਨਹੀਂ ਹੈ ਸਮਾਂ ਨਹੀਂ ਹੈ 올ਡ ਪੀਪਲ ਫੀਲ ਲੋਨਲੀ ਇਨ ਇਨ ਦਿਸ ਬਿਜ਼ੀ ਵਰਲਡ ਇਸ ਵਿਅਸਤ ਦੁਨੀਆ ਦੇ ਵਿੱਚ ਬਜ਼ੁਰਗ ਲੋਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ ਸੋ ਏਸੀ ਸੈਂਟਰਲ ਆਈਡੀਆ ਇਸ ਪੋਇਮ ਦਾ ਠੀਕ ਹੈ ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਇਸ ਨੂੰ ਲਰਨ ਕਰ ਲੈਣਾ ਬੇਟਾ ਨੈਕਸਟ ਪੋਇਮ ਤੇ ਚਲੋ ਹੁਣ ਦ ਰੋਡ ਨੋ ਟੇਕਨ ਇਹ ਅਗਲੀ ਪੋਇਮ ਹੈ ਤੁਹਾਡੀ ਦ ਪੋਇਮ ਦ ਰੋਡ ਨੋ ਟੇਕਨ ਦੇਖੋ ਬਲੈਂਕ ਦੇ ਵਿੱਚ ਫਿਲ ਕਰ ਦਿੱਤਾ ਆਪਾਂ ਨੇ ਸਿੰਗਲ ਕੋਮਾ ਦੇ ਵਿੱਚ ਬੰਦ ਰੱਖਣਾ ਇਸ ਨੂੰ ਇਸ ਤਰ੍ਹਾਂ ਠੀਕ ਹੈ ਸਿੰਗਲ ਕੋਮਾ ਇੱਧਰ ਵੀ ਇੱਧਰ ਵੀ ਠੀਕ ਹੈ ਇਜ਼ ਕੰਪੋਜ਼ਡ ਬਾਈ ਰੋਬਰਟ ਫਰੋਸਟ ਰੋਬਰਟ ਫਰੋਸਟ ਜੋ ਹੈ ਪੋएट ਦਾ ਨਾਮ ਹੈ ਠੀਕ ਹੈ ਰੋਡ રોડ રોબર્ટ રોડ રોબર્ટ યાદ રાખજો રોડ રોબર્ટ ઠીક હે રોબર્ટ ફ્રોસ્ટ ઇટ ઇઝ વેરી બ્યુટીફુલ પોએમ એબアウト ખુબસુરત કરતા હે ઇટ ગિવ્સ અ વેરી ગુડ મેસેજ એ સਾਨੂੰ એક ચંગા સંદેશ દિંધી હે ધ સેન્ટ્રલ આઈડિયા ઓફ ધ પોએમ ઇઝ ધેટ કવતા દા કેન્દ્રીય ભાવ હે કે ઠીક હે વી મસ્ટ ચૂઝ કેરફully દેખો એક કેન્દ્રીય ભાવ હે ઇસ દા ઠીક હે કે સਾਨੂੰ જો હે સાવધાની ਨਾਲ જો હે ચોણ કરની ચાહીદિયે કિસے ભી ચીજ દી ਠੀਕ ਹੈ ਕਿਉਂਕਿ ਅ ਡਿਫਰੈਂਟ ਚੋਇਸ ਕੈਨ ਮੇਕ অর ਮਾਰ आवर ਲਾਈਵਸ ਕਿਉਂਕਿ ਇੱਕ ਜੋ ਹੈ ਅ ਅਲੱਗ ਭਿੰਨ ਜਿਹੜੀ ਹੈਗੀ ਆ ਚੋਇਸ ਆਪਣੀ ਚੋਣ ਹੈ ਉਹ ਆਪਣੀ ਜ਼ਿੰਦਗੀ ਨੂੰ ਜੋ ਹੈ ਬਣਾ ਵੀ ਸਕਦੀ ਹੈ ਵਿਗਾੜ ਵੀ ਸਕਦੀ ਹੈ ਮੇਕ ਦਾ ਮਤਲਬ ਬਣਾਉਣਾ ਮਾਰ ਦਾ ਮਤਲਬ ਖਰਾਬ ਕਰ ਦੇਣਾ ਠੀਕ ਹੈ ਸੋ ਇਹ ਇਸ ਦਾ ਕੇਂਦਰੀ ਭਾਵ ਹੈ ਠੀਕ ਹੈ ਬੇਟਾ ਬੜੇ ਆਸਾਨ ਹੈ ਤੁਸੀਂ ਇਸ ਨੂੰ इजीली ਕਰ ਸਕਦੇ ਹੋ ਠੀਕ ਹੈ ਨੈਕਸਟ ਚਲੋ ਔਨ ਹਿਸ ਬਲਾਈਂਡ ਲਾਈਨ ਤੀਜੀ ਪੋਏਮ ਹੈ ਠੀਕ ਹੈ ਦ ਪੋਇਮ ਔਨ ਹਿਜ ਬਲਾਈਂਡਨੈਸ ਇਜ਼ ਕੰਪੋਜ਼ਡ ਬਾਈ ਜੋਨ ਮਿਲਟਨ ਇਹ ਕਵਿਤਾ ਜਿਹੜੀ ਹੈਗੀ ਹੈ ਔਨ ਹਿਜ ਬਲਾਈਂਡਨੈਸ ਇਹ ਜੋਨ ਮਿਲਟਨ ਦੁਆਰਾ ਰਚੀ ਗਈ ਹੈ ਠੀਕ ਹੈ ਜੋਨ ਬਲਾਈਂਡ ਕੌਣ ਬਲਾਈਂਡ ਹੋ ਗਿਆ ਜੋਨ ਬਲਾਈਂਡ ਜੋਨ ਬਲਾਈਂਡ ਯਾਦ ਰੱਖਿਓ ਕੌਣ ਬਲਾਈਂਡ ਹੋਇਆ ਜੋਨ ਠੀਕ ਹੈ ਅੱਗੇ ਦੇਖੋ ਇਟ ਇਜ਼ ਵੈਰੀ ਬਿਊਟੀਫੁਲ ਪੋਇਮ ਸੇਮ ਸੈਂਟੈਂਸ ਹੋਈ ਠੀਕ ਹੈ ਇਟ ਗਿਵਸ ਅਸ ਵੈਰੀ ਗੁੱਡ ਮੈਸੇਜ ਉਹੀ ਸੈਂਟੈਂਸ ਹੈ ਇਥੋਂ ਤੱਕ ਠੀਕ ਹੈ ਮੈਸੇਜ ਤੱਕ ਸੇਮ ਉਹੀ ਸੈਂਟੈਂਸ ਹੋ ਗਿਆ ਨਾ ਇਟ ਗਿਵਸ ਅਸ ਵੈਰੀ ਗੁੱਡ ਮੈਸੇਜਸ ਨੈਕਸਟ ਦੇਖੋ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਇਜ਼ ਥੈਟ ਇੱਥੋਂ ਤੱਕ ਫਿਰ ਉਹੀ ਸੈਂਟੈਂਸ ਆ ਗਿਆ ਕਵਿਤਾ ਦਾ ਕੇਂਦਰੀ ਭਾਵ ਹੈ ਕਿ ਕੀ ਕੇਂਦਰੀ ਭਾਵ ਹੈ men should have complete faith in god ਇਹ ਕੇਂਦਰੀ ਭਾਵ ਹੈ ਕਵਿਤਾ ਦਾ men should have faith complete faith in god ਕਿ ਮਨੁੱਖ ਨੂੰ ਪਰਮਾਤਮਾ ਵਿੱਚ ਸੰਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਠੀਕ ਹੈ ਕੰਪਲੀਟ ਵਿਸ਼ਵਾਸ ਹੋਣਾ ਚਾਹੀਦਾ ਹੈ ਪਰਮਾਤਮਾ ਦੇ ਵਿੱਚ ਠੀਕ ਹੈ ਦੋਜ਼ ਹੂ ਸਟੈਂਡ ਐਂਡ ਵੇਟ ਫਾਰ ਗੋਡਜ਼ ਵਿਲ ਹੈਪੀਲੀ ਉਹ ਜੋ ਖੜੇ ਰਹਿੰਦੇ ਨੇ ਅਤੇ ਖੁਸ਼ੀ ਖੁਸ਼ੀ ਖੜੇ ਹੋ ਕੇ ਇੰਤਜ਼ਾਰ ਕਰਦੇ ਨੇ ਫਾਰ ਗੋਡਜ਼ ਵਿਲ ਪਰਮਾਤਮਾ ਦੀ ਇੱਛਾ ਦਾ ਠੀਕ ਹੈ ਖੜੇ ਹੋ ਕੇ ਖੁਸ਼ੀ ਖੁਸ਼ੀ ਪਰਮਾਤਮਾ ਦੀ ਇੱਛਾ ਦਾ ਜੋ ਹੈ ਦਾ ਇੰਤਜ਼ਾਰ ਕਰਦੇ ਹਨ ਆਰ ਹਿਸ ਬੈਸਟ ਸਰਵੈਂਟਸ ਉਹ ਉਸਦੇ ਸਭ ਤੋਂ ਵਧੀਆ ਨੌਕਰ ਹੁੰਦੇ ਹਨ ਹੀ ਜਦਾ ਐਚ ਕੈਪੀਟਲ ਕਰਨਾ ਇਹ ਧਿਆਨ ਰੱਖੋ ਇਹ ਗॉड ਲਈ ਜੋ ਹੈ ਵਰਤਿਆ ਗਿਆ ਪ੍ਰਮਾਤਮਾ ਲਈ ਵਰਤਿਆ ਗਿਆ ਹੈ ਠੀਕ ਹੈ ਉਹ ਵਿਅਕਤੀ ਜੋ ਖੜੇ ਰਹਿੰਦੇ ਨੇ ਤੇ ਇੰਤਜ਼ਾਰ ਕਰਦੇ ਨੇ ਕਿ ਪ੍ਰਮਾਤਮਾ ਸਾਨੂੰ ਕੋਈ ਹੁਕਮ ਕਰਨਗੇ ਕੋਈ ਆਦੇਸ਼ ਕਰਨਗੇ ਠੀਕ ਹੈ ਆਦੇਸ਼ ਦਾ ਆਦੇਸ਼ ਦਾ ਪਾਲਣ ਕਰਨ ਵਾਸਤੇ ਉਹ ਇੰਤਜ਼ਾਰ ਕਰ ਰਹੇ ਨੇ ਉਡੀਕ ਕਰ ਰਹੇ ਨੇ ਕਿ ਪ੍ਰਮਾਤਮਾ ਸਾਨੂੰ ਉਦੇਸ਼ ਕੋਈ ਉਪ ਕੋਈ ਉਪਦੇਸ਼ ਦੇਣਗੇ ਕੋਈ ਹੁਕਮ ਦੇਣਗੇ ਅਸੀਂ ਇਸ ਨੂੰ ਫੋਲੋ ਕਰਨਾ ਹੈ ਸੋ ਉਹ ਉਸਦੇ ਸਭ ਤੋਂ ਵਧੀਆ ਨੌਕਰ ਕਹੇ ਗਏ ਨੇ ਜੋ ਜੌਨ ਮਿਲਟਨ ਨੇ ਅਜਹੀ ਗੱਲ ਕਹੀ ਹੈ ਠੀਕ ਹੈ ਸੋ ਜohn ਮਿਲਟਨ ਜੋ ਹੈ ਬਲਾਈਂਡ ਹੋ ਗਿਆ ਸੀ ਸ਼ੁਰੂ ਦੇ ਵਿੱਚ ਉਹ ਠੀਕ ਸੀ ਕਾਫੀ ਪੋਇਟਰੀ ਉਸਨੇ ਲਿਖੀ ਪਰ ਉਹ ਬਲਾਈਂਡ ਹੋ ਗਿਆ ਪਰ ਉਸ ਨੂੰ ਐਵੇਂ ਲੱਗਿਆ ਇੱਕ ਵਾਰੀ ਕਿ ਵੀ ਹੁਣ ਮੈਂ ਜੋ ਪੋਇਟਰੀ ਨਹੀਂ ਲਿਖ ਪਾਵਾਂਗਾ ਪਰ ਫੇਰ ਵੀ ਜੋ ਹੈ ਉਸਨੇ ਜੋ ਹੈ ਹੌਸਲਾ ਨਹੀਂ ਛੱਡਿਆ ਠੀਕ ਹੈ ਪ੍ਰਮਾਤਮਾ ਦੇ ਵਿੱਚ ਪੂਰਾ ਵਿਸ਼ਵਾਸ ਰੱਖਿਆ ਸੋ ਏ ਸੀ ਬਟਾ 3 ਪੋਇਮਸ ਨੇ ਤੁਹਾਡੇ 3 ਸੈਂਟਰਲ ਆਈਡੀਆਜ਼ ਨੇ ਕੋਈ ਵੀ ਦੋ ਵੀ ਜੇਕਰ ਸੈਂਟਰਲ ਆਈਡੀਆਜ਼ ਤੁਸੀਂ ਲਰਨ ਕਰ ਲੈਂਦੇ ਹੋ ਤਾਂ ਤੁਹਾਡੇ 3 ਨੰਬਰ ਪੱਕੇ ਨੇ ਬੇਟਾ ਕਿਉਂਕਿ ਇੰਟਰਨੈਟ ਚੁਆਇਸ ਆਣੀ ਐ 3 ਪੋਇਮਸ ਨੇ ਕੋਈ ਵੀ ਦੋ ਪੇਪਰ ਦੇ ਵਿੱਚ ਆਉਣਗੇ ਹੀ ਆਉਣਗੇ ਸੈਂਟਰਲ ਆਈਡੀਆਜ਼ ਠੀਕ ਐ ਸੋ 3 ਜੇ 3 ਕਰ ਲਓ ਕੋਈ ਦਿੱਕਤ ਨਹੀਂ ਛੋੜੇ ਹੀ ਨੇ ਕੋਈ ਜ਼ਿਆਦਾ ਨਹੀਂ ਹੈਗੇ ਇਹ ਠੀਕ ਐ ਜ਼ਿਆਦਾ ਮੈਟਰ ਨਹੀਂ ਹੈਗਾ ਸੈਂਟੈਂਸਿਸ ਤੇ 3-4 ਸੈਂਟੈਂਸੀ ਅੱਧਾ ਤੋਂ ਵੱਧ ਤਾਂ ਉਹੀ ਐ ਸੇਮ ਐ ਹਰੇਕ ਸੈਂਟਰਲ ਆਈਡੀਆ ਦੇ ਵਿੱਚ ਸਿਰਫ ਪੋਇਮ ਦਾ ਨਾਮ ਪੋਇਟ ਦਾ ਨਾਮ ਤੇ ਇਹ ਡੈਟ ਤੋਂ ਬਾਅਦ ਵਾਲਾ ਜੋ ਪਾਰਟ ਹੈ ਇਹ ਅਲੱਗ-ਅਲੱਗ ਐ ਬਸ ਇੰਨੇ ਕ ਯਾਦ ਕਰਨਾ ਐ ਠੀਕ ਐ ਬੇਟਾ ਸੋ ਚਲੋ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਪਲੀਜ਼ ਲਾਈਕ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਬੇਟਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਵੈਰੀ ਮਚ ਬਾਏ ਬਾਏ